ਜਿੰਨਾ ਟਾਈਮ ਕਾਨੂੰਨ ਦੀ ਕਾਰਵਾਈ ਹੋ ਰਹੀ ਹੈ ਜੀ ਉਹ ਕਰ ਲੈਣ ਜਦੋਂ ਉਹਨਾਂ ਦਾ ਮੁੱਕ ਗਿਆ ਯੂਟਿਊਬ ਦਾ ਐਨੀ ਅਫਸੋਸ ਹੋ ਰਿਹਾ ਤੁਸੀਂ ਕਾਨੂੰਨ ਦਾ ਕਾਨੂੰਨ ਦੇ ਅਗੇਂਸਟ ਤੁਸੀਂ ਚੱਲੇ ਹੋ ਤੁਸੀਂ ਖੁਦ ਉੱਤੇ ਜਾ ਕੇ ਉਹ ਇਸ ਲਈ ਲਾਈਟ ਐਲੀ ਮੰਗ ਖਿੱਚੋ ਜਲਦੀ ਗੱਡੀ ਤੇ ਤੁਸੀਂ ਵੇਖ ਸਕਦੇ ਹੋ ਕਿ ਐਲੀ ਮੰਗ ਸਾਈਕਲ ਥਾਣੇ ਲੈ ਕੇ ਗੱਡੀ ਲੈ ਕੇ ਗੱਡੀ ਲੈ ਲਿਓ ਨਹੀਂ ਪਛਤਾਵਾ ਐਲੀ ਠੀਕ ਹੈ ਐਸ ਐਸ ਪੀ ਸਾਹਿਬ ਐਲੀ ਮੰਗਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਕਿੱਥੋਂ ਗ੍ਰਿਫਤਾਰ ਕੀਤਾ ਸੀ ਪਹਿਲਾਂ ਐਲੀ ਮੰਗਤ ਅਸੀਂ ਕੇਸ ਰਜਿਸਟਰਡ ਕੀਤਾ ਸੀਗਾ ਜਿਹੜਾ ਦੋ ਕੋਈ ਪਾਰਟੀ ਸੀਗੀ ਜਿਹੜਾ ਯੂਟਿਊਬ 'ਤੇ ਜਾਂ ਇੰਟਰਨੈਟ 'ਤੇ ਆਪਣੀ ਆਪਣੀ ਬਾਈਟਾਂ ਦੇ ਰਹੇ ਸੀਗੇ ਇੰਸਟੀਗੇਟ ਕਰ ਰਹੇ ਸੀਗੇ ਯੂਥ ਨੂੰ ਮਿਸਗਾਈਡ ਕਰ ਰਹੇ ਸੀਗੇ ਉਹਨਾਂ ਦੇ ਖਿਲਾਫ਼ ਅਸੀਂ ਕੱਲ੍ਹ ਅਸੀਂ ਕੇਸ ਰਜਿਸਟਰਡ ਕੀਤਾ ਸੀਗਾ ਐਂਡ ਇੱਕ ਪਾਰਟੀ ਨੂੰ ਅਰੈਸਟ ਵੀ ਕੀਤਾ ਸੀਗਾ ਕਿਉਂਕਿ ਬੇਲੇਬਲ ਅਫੈਂਸ ਸੀਗਾ ਵਾਪਸ ਅਸੀਂ ਭੇਜ ਦਈਏ ਬਟ ਸਾਨੂੰ ਅੱਜ ਐਪਰੀਹੈਂਸ਼ਨ ਸੀਗੀ ਕਿ ਦੋਨਾਂ ਪਾਰਟੀਆਂ ਲੜ ਸਕਦੀਆਂ ਤਾਂ ਕਰਕੇ ਅਸੀਂ ਦੋਨਾਂ ਪਾਰਟੀਆਂ ਦੇ ਖਿਲਾਫ਼ ਅਸੀਂ ਪ੍ਰੀਵੈਂਟਿਵ ਐਕਸ਼ਨ ਲਿਆ ਫਿਲਹਾਲ ਕੁਛ ਬੰਦਿਆਂ ਨੂੰ ਅਸੀਂ ਅਰੈਸਟ ਕੀਤਾ ਬਾਕੀ ਨੂੰ ਜਬਤ ਕੀਤਾ ਜਿਸ ਤਰੀਕੇ ਨਾਲ ਪਰਚਾ ਆਲਰੇਡੀ ਦਰਜ ਸੀਗਾ ਉਸ ਤੋਂ ਬਾਅਦ ਵੀ ਐਲੀ ਮੰਗਤ ਨੇ ਆ ਕੇ ਕਾਨੂੰਨ ਨੂੰ ਅੰਗੂਠਾ ਦਿਖਾਇਆ ਅਤੇ ਧਮਕੀਆਂ ਫਿਰ ਵੀ ਦਿੱਤੀਆਂ ਨੇ ਕਿ ਉਸ ਤੋਂ ਬਾਅਦ ਵੀ ਕੋਈ ਨਵਾਂ ਕੋਈ ਧਾਰਾ ਲਾਓਗੇ ਤੁਸੀਂ ਫਿਲਹਾਲ ਅਸੀਂ ਆਲਰੇਡੀ ਕੇਸ ਰਜਿਸਟਰ ਮੈਂ ਇਹ ਕਿਹਾ ਕੇਸ ਅਸੀਂ ਕਰ ਚੁੱਕੇ ਹਾਂ ਜਿਹੜਾ ਅਸੀਂ ਅਰੈਸਟ ਕੀਤਾ ਉਹ ਪ੍ਰੀਵੈਂਟਿਵ ਐਕਸ਼ਨ 'ਚ ਹੀ ਕੀਤਾ ਹੈਗਾ ਐਂਡ ਬਹੁਤ ਜਲਦੀ ਇਹਨਾਂ ਨੂੰ ਅਸੀਂ ਮਤਲਬ ਗ੍ਰਿਫਤਾਰ ਕਰਕੇ ਅੰਦਰ ਭੇਜ ਸਰ ਅਤੇ ਰਮੀ ਰੰਧਾਵਾ ਨੂੰ ਵੀ ਕੱਲ੍ਹ ਮੋਰਨਿੰਗ ਰਮੀ ਰੰਧਾਵਾ ਨੂੰ ਵੀ ਦੁਬਾਰਾ ਬੁਲਾਇਆ ਜਾਏਗਾ ਨਹੀਂ ਨਹੀਂ ਉਹਨਾਂ ਨੂੰ ਅਰੈਸਟ ਕਰਾਂਗੇ ਅਸੀਂ ਹੋ ਜਾਵੇ ਥੈਂਕ ਯੂ